ਤੁਸੀਂ ਨਾ ਵਿੱਚ ਵਿਚਾਲੇ ਬੈਠੋ ਯਾਰ, ਐਵੇਂ ਟ੍ਰੇਨ ਪਲਟ ਜੂਗੀ। ਲਓ ਜੀ ਪਹੁੰਚ ਗਏ, ਪਹੁੰਚ ਗਏ। ਜੈ ਬਾਬੇ ਦੀ। ਮੌਸਮ ਵਾਲਾ ਤਾਂ ਸਿਰਾ ਆਇਆ ਪਿਆ ਭਾਜੀ। ਮੈਂ ਓਏ ਤੋੜੇਗਾ, ਓਏ ਤੋੜੇਗਾ, ਟਿੱਡਾ ਕਰਦੇ ਟਿੱਡਾ ਕਰਦੇ। ਸੋ ਹਾਂਜੀ ਗਾਈਸ, ਕੀ ਹਾਲ ਚਾਲ ਆ ਗਿਆ ਨਵੇਂ ਵਲੋਗ ਦੇ ਨਾਲ। ਅੱਜ ਤਰੀਕ ਹੋ ਗਈ 16 ਤੇ ਅੱਜ ਹੈ ਸੰਗਰਾਂਦ ਦਾ ਦਿਨ ਤੇ ਅਸੀਂ ਜਾ ਰਹੇ ਹਾਂ ਜੀ ਪੰਜਕੋਸੀ ਮੱਥਾ ਟੇਕਣ। ਇੱਥੋਂ ਦਾ ਤੁਹਾਨੂੰ ਮੇਲਾ ਦਿਖਾਇਆ ਸੀਗਾ ਪੰਜਕੋਸੀ ਦਾ ਮੇਲਾ। ਹੁਣ ਮੇਲਾ ਤਾਂ ਨਹੀਂ ਹੈਗਾ, ਬਟ ਵੈਸੇ ਸੰਗਰਾਂਦ ਤੇ ਸੰਗਤ ਜਾਂਦੀ ਹੈ ਤੇ ਅਸੀਂ ਜਾ ਰਹੇ ਹਾਂ। ਤੇ ਸਭ ਤੋਂ ਪਹਿਲਾਂ ਅਸੀਂ ਫੜਨੀ ਹੈ ਟ੍ਰੇਨ ਮਲੋੜ ਤੋਂ ਪੰਜਕੋਸੀ ਦੀ। ਟਾਈਮ ਥੋੜ੍ਹਾ ਹੀ ਹੈ, 2-3 ਮਿੰਟ ਹੈਗੇ ਸਾਡੇ ਕੋਲ। ਲਓ ਜੀ ਸਾਡੀ ਟ੍ਰੇਨ ਆ ਗਈ, ਨੇੜੇ ਹੀ ਆ, ਅਸੀਂ ਵੀ ਸਟੇਸ਼ਨ ਤੇ ਆ ਰਿਹਾ ਸਟੇਸ਼ਨ। ਸ਼ੁਕਰ ਹੈ ਟਾਈਮ ਤੇ ਪਹੁੰਚ ਗਏ ਸਟੇਸ਼ਨ। ਫੜੀ ਹੈ ਟ੍ਰੇਨ ਤੇ ਚੱਲੀਏ ਪੰਜਕੋਸੀ ਨੂੰ। ਸੀਮ ਜੀ ਵੀ ਜਾ ਰਹੇ ਸਾਡੇ ਨਾਲ। ਆਓ ਜੀ, ਤੁਸੀਂ ਨਾ ਵਿੱਚ ਵਿਚਾਲੇ ਬੈਠੋ ਯਾਰ, ਐਵੇਂ ਟ੍ਰੇਨ ਪਲਟ ਜੂਗੀ, ਪਿੱਛੇ ਬਹਿ ਗਿਆ ਤਾਂ। ਚੱਲ ਪਈ ਜੀ ਸਾਡੀ ਟ੍ਰੇਨ। ਹੋਰ ਫਿਰ ਠੀਕ ਹੈ? ਲਓ ਜੀ ਬੋਰ ਪਹੁੰਚ ਚੁੱਕੇ ਹਾਂ, ਇੱਥੋਂ 2 ਸਟੇਸ਼ਨ ਅੱਗੇ ਹੋਰ ਜਾਣਾ ਆਪਾਂ। ਆਜੋ ਆਜੋ ਆਜੋ, ਸਟੇਸ਼ਨ ਤੋਂ ਪਿੱਛੇ ਹੀ ਲਾਤਾ ਯਾਰ ਸਾਨੂੰ। ਲਓ ਜੀ ਟਰਾਲੀ ਆਈ ਹੋਈ ਹੈ ਲੈਣ ਸਾਰਿਆਂ ਨੂੰ, ਸੰਗਤਾਂ ਨੂੰ। ਪਾਰਸ ਆ ਵੀ। ਹੋਰ ਫਿਰ ਟਰਾਲੀ ਤੇ ਤਾਂ ਬਹਿ ਗਏ, ਚਲੋ ਲਾ ਦੋ ਫਿਰ ਜਕਾਰਾ। ਲੋ ਜੀ ਪਹੁੰਚ ਗਏ, ਪਹੁੰਚ ਗਏ। ਜੈ ਬਾਬੇ ਦੀ। ਆਜੋ ਜੀ। ਲੋ ਜੀ ਪਹੁੰਚ ਗਏ ਸਾਰੇ, ਮੱਥਾ ਟੇਕ ਕੇ ਆਉਂਦੇ ਹਾਂ, ਫਿਰ ਆਪਾਂ ਜਿਹੜਾ ਲੰਗਰ ਪਾਣੀ ਛਕਣਾ ਉਹ ਛਕਾਂਗੇ। ਤੋਂ ਅੰਦਰੋਂ ਮੱਥਾ ਆਪਾਂ ਟੇਕਿਆ, ਇਹ ਉਹੀ ਜਗ੍ਹਾ ਜਿੱਥੇ ਆਪਾਂ ਤੁਹਾਨੂੰ ਪੰਜਕੋਸੀ ਦਾ ਮੇਲਾ ਦਿਖਾਇਆ ਸੀਗਾ। ਹੁਣ ਤਾਂ ਸੰਗਰਾਂਦ ਵੇਲੇ ਇੰਨੀ ਸੰਗਤ ਹੈ ਨਹੀਂ, ਮੇਲਾ ਵੀ ਆਉਣ ਵਾਲਾ, ਮੇਲੇ ਤੇ ਦੇਖਿਓ ਭਰਾ ਹੋਊਗਾ ਸਾਰਾ ਹੀ। ਮੇਲਾ ਵੀ ਆਉਣ ਵਾਲਾ, ਉਹਨੂੰ 20-25 ਦਿਨ ਪਏ ਆ ਹਲੇ ਮੇਲੇ ਨੂੰ, ਉਦੋਂ ਵੀ ਆਵਾਂਗੇ 10 ਤਰੀਕ ਦਾ। ਹੁਣ ਵਾਰੀ ਹੈ ਜੀ ਲੰਗਰ ਦੀ, ਲੰਗਰ ਬਣ ਚੁੱਕਿਆ ਤੇ ਸੰਗਤਾਂ ਵੀ ਬਹਿ ਗਈਆਂ ਲੰਗਰ ਖਾਣ ਲਈ, ਤੇ ਹੁਣ ਸਾਡੀ ਵਾਰੀ ਹੈ। ਆਜੋ ਜੀ। ਲਓ ਜੀ ਚਾਵਲ, ਚਾਹ ਵੇਖੀ। ਬਸ ਬਸ ਲੰਗਰ ਖਾ ਕੇ ਆਪਾਂ ਸੇਵਾ ਸੁਵਾ ਕਰਕੇ ਕਮਰੇ 'ਚ ਆ ਗਏ ਹਾਂ, ਥੋੜ੍ਹੀ ਦੇਰ ਰੈਸਟ ਕਰਦੇ ਹਾਂ, ਫਿਰ ਬਾਹਰ ਚੱਲਾਂਗੇ ਸੇਵਾ ਕਰਾਂਗੇ। ਰੈਸਟ ਕਰਕੇ ਆਪਾਂ ਲੰਗਰ ਵਾਲੇ ਪਾਸੇ ਆ ਗਏ, ਇੱਧਰ ਲੰਗਰ ਦੀ ਤਿਆਰੀ ਹੋ ਚੁੱਕੀ ਹੈ, ਲੰਗਰ ਸਟਾਰਟ ਹੋਣ ਜਾ ਰਿਹਾ। ਇੱਧਰ ਪਾਣੀ ਦੀ ਸੇਵਾ, ਹੁਣੇ ਜੈਕਾਰਾ ਲੱਗੂਗਾ ਤੇ ਫਿਰ ਸਟਾਰਟ ਹੋ ਜਾਣਾ ਲੰਗਰ। ਹਾਂਜੀ। ਸੋ ਇਹ ਦੋਵੇਂ ਇੱਧਰ ਲੱਗ ਗਏ ਸੇਵਾ ਤੇ, ਤੇ ਮੈਂ ਤੇ ਸੀਨ ਉੱਧਰ ਚੱਲਦੇ ਹਾਂ ਪ੍ਰਸ਼ਾਦੇ ਵਾਲੇ ਪਾਸੇ। ਸੰਗਤ ਸਾਰੀ ਬੈਠ ਚੁੱਕੀ ਹੈ। ਚਲੋ ਜੀ, ਸੋ ਲੰਗਰ ਦੀ ਸੇਵਾ ਜਾਰੀ ਹੈ ਤੇ ਇੱਧਰੋਂ ਮੌਸਮ ਦਿਖਾਉਂਦੇ ਹਾਂ ਤੁਹਾਨੂੰ, ਪੂਰਾ ਕਾਲਾ ਬੱਦਲ ਹੋਇਆ ਪਿਆ ਤੇ ਬਾਕੀ ਮਲੋਟ ਮੀਂਹ ਪੈ ਰਿਹਾ। ਇੱਥੇ ਤਾਂ ਹੈ ਨੀਗਾ ਮੀਂਹ, ਇੱਥੇ ਮੌਸਮ ਹੀ ਹਲੇ ਥੋੜ੍ਹਾ ਖਰਾਬ ਹੋਇਆ। ਲੰਗਰ 'ਚ ਬਸ ਜ਼ਿਆਦਾ ਤਾਂ ਸੰਗਤ ਨਿਕਲ ਗਈ, ਇੱਧਰ ਵੀ ਸੇਵਾ ਜਾਰੀ ਹੈ। ਜੈ ਹੋ ਜੀ। ਸੇਵਾ ਕਰ ਲਈ ਤੇ ਹੁਣ ਵਾਰੀ ਹੈ ਸਾਡੀ ਲੰਗਰ ਖਾਣ ਦੀ। ਲਓ ਜੀ ਲੰਗਰ ਪਾਣੀ ਛਕ ਲਿਆ ਆਪਾਂ, ਤੇ ਹੁਣ ਮੀਂਹ ਦਾ ਵੀ ਥੋੜ੍ਹਾ ਚਾਂਸ, ਹੁਣ ਮੀਂਹ ਦਾ ਵੀ ਸਾਰਾ ਮੂਡ ਖਰਾਬ ਕਰ ਦਿਆ। ਚਾਂਸ ਬਣ ਕੀ ਗਏ, ਮੀਂਹ ਪੈਣ ਹੀ ਲੱਗ ਗਿਆ, ਥੋੜ੍ਹਾ ਬਹੁਤ ਸ਼ੁਰੂ ਹੋ ਗਿਆ। ਆ ਬਸ ਮਲੋਟੋ ਆਈ, ਹਲੇ ਸੰਗਤ ਅੰਦਰ ਹੀ ਹੈ, ਜਦੋਂ ਸੰਗਤ ਆਊਗੀ ਉਦੋਂ ਚੱਲੂਗੀ। ਤੇ ਬਾਕੀ ਮੌਸਮ ਦੇਖ ਲਓ, ਉਹ ਬੱਲੇ ਤੇਰੇ ਆਰ ਆ ਰਾ ਨਾਣਾ, ਛਾਲ ਮਾਰ ਸਹੀ ਹੈ ਮੁੰਡਾ, ਉਹਨੇ ਐ ਮਾਰ ਕੇ ਐ ਜਾਣਾ ਸੀਗਾ ਵਿੱਚ। ਮੌਸਮ ਵਾਲਾ ਤਾਂ ਸਿਰਾ ਆਇਆ ਪਿਆ ਭਾਜੀ, ਮੈਂ ਕਹਿੰਦਾ ਪੂਰਾ ਐਂਡ ਲੱਗਿਆ ਪਿਆ।
ਸੋ ਮੀ ਹੋ ਗਿਆ ਜੀ ਤੇਜ਼ ਚਲਦੇ ਆ ਹੁਣ ਅੰਦਰ ਮੁੜ ਜਾ ਇੱਧਰ ਮੁੜ ਜਾ ਓਏ ਰੋਲਾ ਕੋ ਪਾਣਾ ਹੁਣ ਉਧਰ ਚੱਲ ਰਿਹਾ ਮੀ ਇੱਧਰ ਨਾਲ ਖਾਵਾਂਗੇ ਫੁੱਲੇ ਪੌਪਕੌਰਨ ਵਾਹ ਜੀ ਵਾਹ ਗਰਮਾ ਗਰਮ ਤਾਜ਼ੇ ਕਢਵਾਏ ਆ ਜੀ ਮਜ਼ਾ ਆ ਗਿਆ ਗਰਮ ਹੈ ਪੂਰੇ ਗੜੇ ਪੜੀਏ ਨੇ ਗੜੇ 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 ਪੜੀਏ ਗੜੇ ਪੜੀਏ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਪਿਛਲੇ ਪੌਣੇ ਘੰਟੇ ਤੋਂ ਮੇਰੇ ਖਿਆਲ ਮੀਂਹ ਪੈ ਰਿਹਾ ਤੇ ਇਧਰੋਂ ਬੱਦਲ ਆਇਆ ਪੂਰਾ ਐ ਲਾਈਨ ਜੀ ਬਣਾ ਕੇ ਤੇ ਟਾਈਮ 5 ਵੱਜ ਚੁੱਕਿਆ ਪਰ ਮੀਂਹ ਹਲੇ ਵੀ ਨਹੀਂ ਰੁਕਿਆ ਉਧਰੋਂ ਸਾਡੀ ਟ੍ਰੇਨ ਦਾ ਟਾਈਮ ਹੋ ਚੁੱਕਿਆ ਮੀਂਹ ਰੁਕੂਗਾ ਤਾਂ ਜਾਵਾਂਗੇ ਸਟੇਸ਼ਨ ਤੇ ਨਹੀਂ ਹਾਂ ਸਹੀ ਗੱਲ ਮੀਂਹ ਰੁਕੂਗਾ ਜਾਵਾਂਗੇ ਸਟੇਸ਼ਨ ਤੇ ਇੰਨੇ ਗੱਲਾਂ ਮੇਰੀਆਂ ਰਿਪੀਟ ਕਰਨੀਆਂ ਸੀ ਜੇ ਨਾ ਗਏ ਨਾ ਇੱਥੇ ਰਹਿ ਜਾਗੇ ਫਿਰ ਇਹ ਤਾਂ ਬਾਬੇ ਦੀ ਮਰਜ਼ੀ ਰੱਖਣਾ ਸਹੀ ਗੱਲ ਆ ਓਏ ਤੋੜੇਗਾ ਓਏ ਤੋੜੇਗਾ ਹੈਲੋ ਕਾਹਨੂੰ ਨੁਕਸਾਨ ਕਰਦਾ ਯਾਰ ਸਵਾਰੀ ਆ ਗਈ ਜਾਣ ਦੀ ਤੇ ਜਾਂਦੇ ਵੇਲੇ ਮੱਥਾ ਟੇਕ ਕੇ ਚੱਲਾਂਗੇ ਚਲੋ ਓਏ ਆਇਓ ਓਏ ਡਿੱਗ ਪੂਗਾ ਓਏ ਡਿੱਗ ਪੂਗਾ ਓਏ ਡਿੱਗ ਪੂਗਾ ਓਏ ਟਿੱਡਾ ਕਰਦੇ ਟਿੱਡਾ ਕਰਦੇ ਆਇਓ ਮੱਥਾ ਟੇਕੀਏ ਚਲੋ ਜੀ ਚੱਲੇ ਆ ਸਟੇਸ਼ਨ ਤੇ ਵਸੀਮ ਅੱਗੇ ਬੈ ਗਿਆ ਬਾਬੇ ਜੀ ਕਾਰਾਂ ਚੱਲੀਆਂ ਛੱਡਣ ਇਹਨੂੰ ਅੱਗੇ ਨਹੀਂ ਕਰਨੀ ਆ ਰਹੀ ਸੀ ਤਾਂ ਸੇਮ ਤੇ ਆਪਣਾ ਫੋਨ ਤੇਰਾ ਕਿੱਥੇ ਆ ਚੱਲ ਸੋ ਸਟੇਸ਼ਨ ਤੇ ਤਾਂ ਪਹੁੰਚ ਗਏ ਆਪਾਂ ਵੈਸੇ ਤਾਂ ਘੜੁੱਕੇ ਤੇ ਆਉਣਾ ਸੀਗਾ ਪਰ ਮੀਂਹ ਕਰਕੇ ਕਾਰਾਂ ਜਿਹੜੀਆਂ ਹੁਣ ਚੱਕਰ ਲਾਣਗੀਆਂ ਦੋ ਤਿੰਨ ਗੇੜੇ ਲਾਣਗੀਆਂ ਤੇ ਸਾਰੀ ਸੰਗਤ ਇੱਥੇ ਸਟੇਸ਼ਨ ਤੇ ਲੈ ਕੇ ਆਣਗੀਆਂ ਬਾਕੀ ਮੀਂਹ ਤਾਂ ਹਲੇ ਵੀ ਨਹੀਂ ਰੁਕਿਆ ਗੱਡੀ ਲਾਈਟ ਹੈ ਸੋ ਹੁਣ ਜਾ ਕੇ ਮੀਂਹ ਰੁਕਿਆ ਘੱਟ ਘੱਟ ਕੀ ਮੀਂਹ ਰੋਕੀ ਗਿਆ ਗੱਡੀ ਕਹਿ ਰਹੇ ਲੇਟ ਹੈ ਪਤਾ ਲੱਗੂ ਰਾਈਟ ਟਾਈਮ ਹੀ ਹੈ ਇਹ ਠੀਕ ਹੈ ਗੱਡੀ ਰਾਈਟ ਟਾਈਮ ਹੀ ਹੈ ਆ ਸੀਮ ਕਹੀ ਜਾਂਦੇ ਸਾਰਿਆਂ ਨੂੰ ਲੇਟ ਹੈ ਲੇਟ ਕਹੀ ਜਾਂਦੇ ਪਿੱਛੇ ਚਲੋ ਕੋਈ ਨਹੀਂ ਲੱਗ ਜੂਗਾ ਪਤਾ 45 ਵੀ ਕਿੰਨੀ ਕੁ ਦੂਰ ਹੈ ਹੋ ਜਾਣਗੇ ਹੁਣੇ ਇੱਕ ਦੋ ਮਿੰਟ ਰੁਕਿਆ ਤੇ ਫਿਰ ਥੋੜਾ ਬਹੁਤ ਸਟਾਰਟ ਹੋ ਗਿਆ ਅੱਜ ਤਾਂ ਮੈਂ ਕਹਿੰਦਾ ਸੌਣ ਦੀ ਝੜੀ ਲੱਗੀ ਪਈ ਹੈ ਰੁਕਦੀ ਨਹੀਂ ਬਾਈ ਸੌਣ ਦੀ ਝੜੀ ਨਹੀਂ ਲੱਗੀ ਸੌਣ ਦੀ ਝੜੀ ਮੈਂ ਨਹੀਂ ਜਾਣਾ ਛੱਤੀ ਉੱਤੇ ਛੱਤ ਤੇ ਚੜੀ ਅੱਜ ਦਿਲ ਵਿੱਚ ਆਏ ਨੇ ਆਣ ਨੇ ਨੱਚਣੇ ਨੂੰ ਜੀ ਕਰਦਾ ਅਗੋ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ ਲਓ ਜੀ ਟ੍ਰੇਨ ਆ ਗਈ ਆਪਣੀ ਰਾਈਟ ਟਾਈਮ ਹੀ ਹੈ ਤੂੰ ਕਹਿੰਦਾ ਲੇਟ ਆਊਗੀ ਲਓ ਜੀ ਬਹਿ ਗਏ ਟ੍ਰੇਨ ਤੇ ਮਲੋਟ ਚ ਪਾਣੀ ਵੇਖੋ ਕਿੰਨਾ ਭਰ ਗਿਆ ਲਓ ਜੀ ਪਹੁੰਚ ਚੁੱਕੇ ਹਾਂ ਮਲੋਟ ਫਿਰ ਪਹੁੰਚ ਗਿਆ ਮਲੋਟ ਹੋਰ ਚੱਲ ਹੁਣ ਤੁਰ ਕੇ ਆਈ ਅਸੀਂ ਤਾਂ ਚੱਲੇ ਹਾਂ ਬਾਈਕ ਰਾਈਡ ਹੋਮ ਸਵੀਟ ਹੋਮ ਲਓ ਜੀ ਘਰੇ ਚੱਲੇ ਹਾਂ ਟੈਂਪੂ ਤੇ ਵਾਪਸੀ ਤਾਂ ਆ ਗਏ ਸੀਗੇ ਤੇ ਕੱਲ ਵਾਪਸੀ ਤੇ ਤੁਸੀਂ ਮਲੋਟ ਵੀ ਦੇਖਿਆ ਮਾਹੌਲ ਥੋੜਾ ਪਾਣੀ ਪੂਣੀ ਇੱਥੇ ਵੀ ਸੀਗਾ ਮੀਂਹ ਮੂੰਹ ਇੱਥੇ ਵੀ ਪਿਆ ਸੀ ਚੰਗੀ ਤਰ੍ਹਾਂ ਅਗਲੇ ਦਿਨ ਗੱਲ ਕਰ ਰਿਹਾ ਤੇ ਜਦੋਂ ਦਾ ਆਇਆ ਨਾ ਮੈਂ ਉਹਦੀ ਘਰੇ ਲਾਈਟ ਹੈ ਨਹੀਂ ਗੀ ਕਿਉਂਕਿ ਮੀਂਹ ਪਿਆ ਹੋਇਆ ਰੀਸਟੋਰ ਹੁੰਦੇ ਥੋੜਾ ਟਾਈਮ ਲੱਗ ਰਿਹਾ ਰਾਤ ਵੀ ਬੜਾ ਔਖਾ ਸੁੱਤੇ ਸੋ ਇਸ ਵਲੋਗ ਤੁਸੀਂ ਦੇਖਿਆ ਆਪਾਂ ਪੰਜਗੋਸੀ ਗਏ ਕੁਟੀਆ ਮੱਥਾ ਟੇਕਣ ਸੰਗਰਾਂਦ ਤੇ ਨਾਲੇ ਤੁਹਾਨੂੰ ਉੱਥੋਂ ਦੀ ਬਾਰਿਸ਼ ਵਿਖਾਈ ਜਿਹੜੀ ਆਪਾਂ ਮਲੋੜ ਨਹੀਂ ਦਿਖਾ ਸਕੇ ਉੱਥੋਂ ਦੀ ਦਿਖਾਤੀ ਸੋ ਜੇ ਵਲੋਗ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਓਕੇ ਬਾਬਾ ਮਿਲਦਾ ਨੈਕਸਟ ਵਲੋਗ ਦੇ ਵਿੱਚ